ਦੋਸਤੋ ਜਸ ਕੈਮਰੇ ਦੀ ਨਜ਼ਰ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ ਜਸ ਬ੍ਰੌਡਕਾਸਟਿੰਗ ਦੀ ਔਰ ਜਸ ਪੰਜਾਬੀ ਦੀ। ਇਹ ਬਹੁਤ ਵੱਡਾ ਮੈਂ ਸਮਝਾਂਗਾ ਕਿ ਉਪਰਾਲਾ ਰਹਿੰਦਾ ਕਿ ਅਸੀਂ ਆਪਣੇ ਭਾਈਚਾਰੇ ਅਤੇ ਕਮਿਊਨਿਟੀ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਮੁੱਚੇ ਸਮਾਜ ਦੇ ਅੱਗੇ ਰੱਖੀਏ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਸ ਢੰਗ ਦੇ ਨਾਲ ਸਾਡਾ ਭਾਰਤੀ ਭਾਈਚਾਰਾ ਪ੍ਰਵੇਸ਼ ਕਰ ਰਿਹਾ ਅਮਰੀਕਾ ਕੈਨੇਡਾ ਦੀ ਧਰਤੀ ਦੇ ਉੱਤੇ, ਔਰ ਉਸੇ ਤਰ੍ਹਾਂ ਹੀ ਪੰਜਾਬੀ ਭਾਈਚਾਰੇ ਦੇ ਚਾਹੇ ਉਹ ਫੈਸਟੀਵਲ ਹੋਣ, ਚਾਹੇ ਦਿਨ ਤਿਉਹਾਰ ਹੋਣ, ਚਾਹੇ ਧਾਰਮਿਕ ਸਮਾਗਮ ਹੋਣ, ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਜ਼ਾਫਾ ਹੋ ਰਿਹਾ। ਜਸ ਕੈਮਰੇ ਦੀ ਨਜ਼ਰ ਇਹਨਾਂ ਸਭ ਕੁਝ ਦੀ ਜਾਣਕਾਰੀ ਦੇਣ ਦਾ ਇੱਕ ਬਹੁਤ ਵੱਡਾ ਉਪਰਾਲਾ ਜਸ ਟੀ ਵੀ ਦਾ। ਆਓ ਗੱਲ ਕਰਦੇ ਹਾਂ ਧਾਰਮਿਕ ਸਮਾਗਮਾਂ ਤੋਂ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅੱਜ ਦੁਨੀਆ ਭਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਹੋਰਾਂ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ। ਜਿੱਥੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਸਮਾਗਮ ਹੋ ਰਹੇ ਨੇ, ਉੱਥੇ ਵਰਜੀਨੀਆ ਦਾ ਫੇਅਰਫੈਕਸ ਸਟੇਸ਼ਨ ਗੁਰਦੁਆਰਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿੱਖ ਰਹਿਤ ਮਰਿਆਦਾ ਅਨੁਸਾਰ ਧਾਰਮਿਕ ਸਮਾਗਮ ਅਤੇ ਬੱਚਿਆਂ ਦੇ ਪ੍ਰੋਗਰਾਮਾਂ ਵਾਸਤੇ ਵੀ ਆਪਣੀ ਇੱਕ ਮੁਹਾਰਤ ਰੱਖਦਾ, ਔਰ ਇਸ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਹੋਰਾਂ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ। ਔਰ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸਪੁੱਤਰੀ ਨਵਕਿਰਨ ਕੌਰ ਖਾਲੜਾ ਨੇ ਵੀ ਸ਼ਿਰਕਤ ਕੀਤੀ। ਆਓ ਵੇਖਦੇ ਹਾਂ ਸਾਡੇ ਪ੍ਰਤੀਨਿਧ ਸਰਮੁਖ ਸਿੰਘ ਮਨਕੂ ਦੀ ਇੱਕ ਖਾਸ ਰਿਪੋਰਟ। ਅਤੇ ਜਿਹੜੀ ਸ਼ਖਸੀਅਤ ਆਪਣੇ ਕੋਲ ਅੱਜ ਇੱਥੇ ਦੀਵਾਨ ਵਿੱਚ ਮੌਜੂਦ ਹੈ ਉਹਦੇ ਨਾਲ ਬਹੁਤ ਨਾਇਨਸਾਫ਼ੀ ਹੁੰਦੀ। ਸ਼ਹੀਦਾਂ ਦੇ ਨਾਲ ਨਾਲ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਮੇਰਾ ਖਿਆਲ ਬਹੁਤ ਹੀ ਉੱਚੇ ਨੰਬਰ 'ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਨਾਂ ਆਉਂਦਾ ਹੈ, ਜਿਨ੍ਹਾਂ ਦਾ ਸੁੱਚਾ ਖੂਨ ਉਹਨਾਂ ਦੀ ਸਪੁੱਤਰੀ ਬੀਬੀ ਨਵਕਿਰਨ ਕੌਰ ਖਾਲੜਾ ਜੀ ਇੱਥੇ ਆਪਣੇ ਦੀਵਾਨ ਵਿੱਚ ਮੌਜੂਦ ਹਨ। ਆਪਾਂ ਚਾਹਾਂਗੇ ਕਿ ਉਹ 2 ਮਿੰਟ ਜ਼ਰੂਰ ਸੰਗਤ ਦੇ ਨਾਲ ਸੰਬੋਧਨ ਕਰਨ, ਫਤਿਹ ਸਾਂਝੀ ਕਰਨ। ਕੱਲ੍ਹ ਵੀ ਉਹਨਾਂ ਦਾ ਆਪਾਂ ਟਾਈਮ ਰੱਖਿਆ ਹੈ, ਪਰ ਅੱਜ ਵੀ ਉਹ ਜ਼ਰੂਰ 2 ਮਿੰਟ ਸੰਤ ਨਾਲ ਸੰਗਤ ਨਾਲ ਫਤਿਹ ਬੁਲਾਉਣ। ਬੀਬੀ ਨਵਕਿਰਨ ਕੌਰ ਜੀ ਖਾਲੜਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਦੇ ਸਮੂਹ ਸੰਗਤ ਦੀ, ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ। ਅਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਨਾਲ ਜੋ ਸਾਡਾ ਤੀਜਾ ਘੱਲੂਘਾਰਾ ਜੋ 1984 ਉਦੋਂ ਦੇ ਸ਼ਹੀਦਾਂ ਨੂੰ ਅਸੀਂ ਯਾਦ ਕਰਨ ਦੇ ਲਈ ਜੋ ਇਸ ਹਫ਼ਤੇ ਇੱਕ ਪ੍ਰੋਗਰਾਮ ਲਿਖਿਆ ਹੈ ਤਾਂ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੇ ਜਿਹੜੀ ਸ਼ਹਾਦਤ ਦੇ ਉਹਨਾਂ ਦੇ ਰੀਜ਼ਨ ਸੀ ਸ਼ਹਾਦਤ ਦੇ, ਜਾਂ ਉਹਨਾਂ ਦੇ ਪੂਰਨਿਆਂ 'ਤੇ ਅਸੀਂ ਜੋ ਉਹਨਾਂ ਦੀ ਸੇਧ ਨੂੰ ਅੱਗੇ ਤੋਰ ਸਕੀਏ। ਮੈਨੂੰ ਪਤਾ ਨਹੀਂ ਸੀ ਕਿ ਅੱਜ ਮੈਨੂੰ ਬੋਲਣ ਲਈ ਕਿਹਾ ਜਾਏਗਾ, ਸੋ ਇਸ ਲਈ ਮੈਂ ਕੱਲ੍ਹ ਦਾ ਹੀ ਸੋਚਿਆ ਸੀਗਾ, ਪਰ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਇੱਕ ਜਿਹੜਾ ਅਸੀਂ ਸ਼ਹੀਦ ਸ਼ਹਾਦਤ ਦੀ ਜਿਹੜੀ ਦਾਤ ਹੈ ਉਹ ਗੁਰੂ ਸਾਹਿਬ ਬਹੁਤ ਚੁਣਿੰਦਾ ਲੋਕਾਂ ਨੂੰ ਦਿੰਦੇ ਆ, ਬਹੁਤ ਥੋੜ੍ਹੇ ਲੋਕਾਂ ਨੂੰ ਦਿੰਦੇ ਆ, ਅਤੇ ਹਰ ਬੰਦਾ ਸ਼ਹੀਦ ਨਹੀਂ ਹੋ ਸਕਦਾ, ਚਾਹੇ ਉਹ ਜਿੰਨੀ ਮਰਜ਼ੀ ਆਪਣੀ ਕੋਸ਼ਿਸ਼ ਕਰ ਲਵੇ। ਅਤੇ ਜੇ ਅਸੀਂ ਸ਼ਹੀਦ ਨਹੀਂ ਹੋ ਸਕਦੇ, ਜੇ ਅਸੀਂ ਸ਼ਹਾਦਤ ਦੀ ਉਹ ਦਾਤ ਲੈਣ ਦੇ ਹਲੇ ਇੰਨੇ ਕਾਬਲ ਨਹੀਂ ਹੋਏ, ਤਾਂ ਸਾਡੇ 'ਤੇ ਇੱਕ ਫਰਜ਼ ਜ਼ਰੂਰ ਬਣਦਾ ਹੈ। ਗੁਰੂ ਸਾਹਿਬ ਨੇ ਇੱਕ ਸਾਨੂੰ ਫਰਜ਼ ਜ਼ਰੂਰ ਨਿਭਾਉਣ ਨੂੰ ਕਿਹਾ ਹੈ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਜ਼ਰੂਰ ਕਰਿਆ ਕਰੀਏ, ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਜਿਹੜੀ ਉਹ ਤਮੰਨਾ ਜ਼ਰੂਰ ਕਰਿਆ ਕਰੀਏ, ਉਹਨਾਂ ਦੇ ਦਿੱਤੇ ਸਿਧਾਂਤ ਦੇ ਉੱਤੇ ਪਹਿਰਾ ਜੋ ਉਹਨਾਂ ਨੇ ਦੇ ਕੇ ਆਪਣਾ ਖੂਨ ਦੇ ਨਾਲ ਉਹ ਪਹਿਰਾ ਦਿੱਤਾ ਹੈ, ਉਹ ਸਿਧਾਂਤ ਨੂੰ ਜਿਹੜਾ ਹੈ ਉਹ ਅੱਗੇ ਵਧਾਉਣ ਲਈ, ਉਹਨੂੰ ਬਚਾਉਣ ਲਈ, ਆਪਣਾ ਵਿਰਸਾ ਆਪਣੀ ਸਿੱਖੀ ਨੂੰ ਜਿਹੜਾ ਪ੍ਰਫੁੱਲਿਤ ਕਰਨ ਲਈ ਜਿਹੜਾ ਹੈ ਉਹਦੇ ਲਈ ਖੜ੍ਹੇ ਜ਼ਰੂਰ ਰਿਹਾ ਕਰੀਏ। ਬਾਕੀ ਜੋ ਦਾਤਾਂ ਸਤਿਗੁਰੂ ਤੋਂ ਅਸੀਂ ਮੰਗਦੇ ਹਾਂ ਉਹਦੇ ਨਾਲ ਨਾਲ ਜਿਹੜਾ ਸਾਨੂੰ ਜੋ ਜ਼ਿੰਮੇਵਾਰੀਆਂ ਕੌਮੀ ਤੌਰ 'ਤੇ ਪਈਆਂ ਨੇ ਉਹਨਾਂ ਨੂੰ ਜ਼ਰੂਰ ਸਮਝੀਏ, ਕਿਉਂਕਿ ਐਜ਼ ਅ ਸਿੱਖ ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਤਾਂ ਸਾਡਾ ਛੁਟਕਾਰਾ ਜਿਹੜਾ ਉਹ ਪਰਿਵਾਰ 'ਚ ਨਹੀਂ ਹੋ ਸਕਦਾ। ਸਾਡੇ 'ਤੇ ਬਹੁਤ ਵੱਡੀ ਸਮਾਜਿਕ ਜ਼ਿੰਮੇਵਾਰੀ ਹੈ, ਜੋ ਜ਼ਿੰਮੇਵਾਰੀ ਨਾ ਸਿਰਫ ਸਿੱਖਾਂ ਦੇ ਪ੍ਰਤੀ ਹੈ ਬਲਕਿ ਸਾਰੀ ਲੋਕਾਈ ਦੇ ਪ੍ਰਤੀ ਸਾਡੀ ਇੱਕ ਜ਼ਿੰਮੇਵਾਰੀ ਹੈ। ਜੋ ਮੇਰੇ ਫਾਦਰ ਸਾਹਿਬ ਨੇ ਵੀ ਆਪਣੀ ਸਪੀਚ ਦੇ ਵਿੱਚ ਕਿਹਾ ਸੀ ਕਿ ਖਾਲਸੇ ਨੂੰ ਤਾਂ ਦੁਨੀਆ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਜਿਆ ਗਿਆ ਸੀ, ਪਰ ਜੇ ਤੁਸੀਂ ਅੱਜ ਆਪਣੇ ਹੀ ਮਨੁੱਖੀ ਹੱਕਾਂ ਦੀ ਗੱਲ ਨਹੀਂ ਕਰ ਪਾ ਰਹੇ, ਆਪਣੇ ਹੀ ਮਨੁੱਖੀ ਹੱਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੇਜਪਾਲ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ। ਅੱਜ ਅਸੀਂ ਆਪਣੇ ਆਪ 'ਚ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸ਼ਹੀਦਾਂ ਦੇ ਵਾਰਿਸ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਸਾਡੇ ਕੋਲ ਭੈਣ ਜੀ ਨਵਕਿਰਨ ਕੌਰ ਖਾਲੜਾ ਪਹੁੰਚੇ ਹਨ, ਜਿਹੜੇ ਕਿ
जसवंत सिंह खालड़ा जी के सपुत्री हैं और असी बहुत इन्हों का धन्यवाद करते हाँ। असी चाहते हाँ कि दो शब्द जरूर इतने कह आखण वाहेगुरू जी का खालसा वाहेगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਦੀ ਸੰਗਤ ਦੀ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਮੌਕਾ ਦਿੱਤਾ ਹੈ। ਅਤੇ ਜੂਨ ਦਾ ਇਹ ਮਹੀਨਾ ਜੂਨ ਦੇ ਪਹਿਲੇ ਦੋ ਹਫ਼ਤੇ ਜਿਹੜੇ ਆ ਉਹ ਦੁਨੀਆ ਪੱਧਰ ਦੇ ਵਿੱਚ ਜਿਹੜਾ ਹੈ ਸਿੱਖ ਕੌਮ ਆਪਣੇ ਪਹਿਲੇ ਸ਼ਹੀਦ ਗੁਰੂ ਅਰਜਨ ਪਾਤਸ਼ਾਹ ਅਤੇ ਉਸ ਦੇ ਨਾਲ ਨਾਲ ਹੀ ਜੋ ਉਸੇ ਲੜੀ ਦੇ ਉਸੇ ਸਿਧਾਂਤ 'ਤੇ ਖੜ੍ਹ ਕੇ ਪਹਿਰਾ ਦੇਣ ਵਾਲੇ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਅਤੇ ਉਹਨਾਂ ਦੇ ਸਾਰੇ ਜਿਹੜੇ ਨਾਲ ਹੋਏ ਸਿੰਘ ਸ਼ਹੀਦ ਹੈ, ਦਰਬਾਰ ਸਾਹਿਬ 'ਤੇ ਹੋਏ ਹਮਲਾ ਜੂਨ 1984 ਨੂੰ ਯਾਦ ਕਰਨ ਦੇ ਲਈ ਪੂਰੀ ਦੁਨੀਆ ਵਿੱਚ ਸਿੱਖ ਜਿਹੜੇ ਆ ਉਹ ਇਕੱਤਰ ਹੁੰਦੇ ਆ ਅਤੇ ਅੱਜ ਮੈਨੂੰ ਇੱਥੇ ਇਕੱਤਰ ਸਾਰੀ ਸੰਗਤ ਦੇ ਨਾਲ ਇਕੱਤਰ ਹੋਣ ਦਾ ਮੌਕਾ ਮਿਲਿਆ ਹੈ। ਅਤੇ ਮੈਂ ਧੰਨਵਾਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਜਿੱਥੇ ਵੀ ਦੁਨੀਆ 'ਚ ਸਿੱਖ ਵੱਸਦੇ ਨੇ ਉਹ ਆਪਣੇ ਸ਼ਹੀਦਾਂ ਨੂੰ ਜਿੱਥੇ ਯਾਦ ਕਰਦੇ ਨੇ ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਉਹਦੇ 'ਤੇ ਪਹਿਰਾ ਦੇਣ ਦਾ ਸੰਕਲਪ ਵੀ ਲੈਂਦੇ ਨੇ, ਪਰ ਨਾਲ ਦੀ ਨਾਲ ਆਪਣੇ ਉੱਤੇ ਪਈਆਂ ਜਿਹੜੀਆਂ ਜ਼ਿੰਮੇਵਾਰੀਆਂ ਜੋ ਕਾਰਜ ਸਾਡੇ ਜਿਹੜੇ ਸ਼ਹੀਦ ਹੈ ਸਾਡੇ ਗੁਰੂ ਸਾਹਿਬ ਸਾਡੇ ਲਈ ਛੱਡ ਕੇ ਗਏ ਨੇ, ਇੱਕ ਸਿੱਖ ਨੂੰ ਇੱਕ ਸਿੱਖ ਕਹਾਉਣ ਦੇ ਲਈ ਜੋ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਜ਼ਿੰਮੇਵਾਰੀਆਂ 'ਤੇ ਅਸੀਂ ਖੜ੍ਹੇ ਰਹੀਏ, ਅਸੀਂ ਪਹਿਰਾ ਦੇ ਸਕੀਏ। ਅਤੇ ਜੋ ਅੱਜ ਤਾਕਤਾਂ ਜਿਹੜੀਆਂ ਸਾਡੇ ਹੀ ਭੇਖ 'ਚ ਉੱਥੇ ਪੰਜਾਬ ਦੇ ਵਿੱਚ ਕਦੀ ਉਹ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕਰਾਉਂਦੇ ਆ, ਕਦੀ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਂਦੇ ਆ, ਅਤੇ ਕਦੀ ਉਹ ਤਰਨ ਤਾਰਨ ਸਾਹਿਬ ਵਿਖੇ ਹੁਣੇ ਕਾਰ ਸੇਵਾ ਦੇ ਨਾਂ 'ਤੇ ਸਾਡੇ ਇਤਿਹਾਸਕ ਇਮਾਰਤਾਂ ਦੇ ਉੱਤੇ ਜਿਹੜੀ ਉਹਨੂੰ ਢਾਹ ਢੇਰੀ ਕਰਾ ਕੇ ਜਿਹੜਾ ਉਹ ਮਲੀਆ ਮੇਟ ਕਰਨਾ ਚਾਹੁੰਦੇ ਆ ਸਾਡੇ ਇਤਿਹਾਸ ਨੂੰ। ਇਹ ਕੌਮ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਦੁਸ਼ਮਣ ਜੋ ਉਹਨਾਂ ਦੇ ਵਿੱਚ ਉਹਨਾਂ ਦੇ ਹੀ ਭੇਸ ਦੇ ਵਿੱਚ ਵੜ ਕੇ ਉੱਥੇ ਬੈਠੇ ਨੇ ਉਹਨਾਂ ਨੂੰ ਪਹਿਚਾਨਣ ਅਤੇ ਉਹਨਾਂ ਦਾ ਹਰ ਤਰ੍ਹਾਂ ਦਾ ਸਮਾਜਿਕ ਜਿਹੜਾ ਹੈ ਬਾਈਕਾਟ ਕੀਤਾ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਇਤਿਹਾਸ ਹੈ ਉਹ ਤੁਹਾਨੂੰ ਵੀ ਯਾਦ ਰੱਖੇ ਅਤੇ ਉਹਨਾਂ ਨੂੰ ਵੀ ਯਾਦ ਰੱਖੇ, ਕਿਉਂਕਿ ਜਵਾਬਦੇਹ ਅਸੀਂ ਇਤਿਹਾਸ ਦੇ ਵਿੱਚ ਹੋਵਾਂਗੇ। ਸਾਡੀ ਆਉਣ ਵਾਲੀਆਂ ਨਸਲਾਂ ਨੇ ਜਿੱਥੇ ਉਹਨਾਂ ਲੋਕਾਂ ਨੂੰ ਨਿੰਦਣਾ ਹੈ ਜਿਨ੍ਹਾਂ ਨੇ ਸਾਡੇ 'ਤੇ ਹਮਲੇ ਕੀਤੇ ਆ, ਉਹਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਵੀ ਨਿੰਦਣਗੇ ਜਿਨ੍ਹਾਂ ਨੇ ਉਸ ਹਮਲੇ ਦੇ ਇਵਜ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਉਹ ਕੋਈ ਸਟੈਪ ਹੀ ਨਹੀਂ ਚੁੱਕਿਆ, ਕੋਈ ਇਨਸਾਫ ਲਈ ਕੋਈ ਹੱਕ ਸੱਚ ਲਈ ਲੜਾਈ ਦੇ ਲਈ ਹਾਹ ਦਾ ਨਾਰਾ ਤੱਕ ਵੀ ਨਾ ਮਾਰ ਸਕੇ। ਸੋ ਆਪਣੇ ਆਪਣੇ ਫਰਜ਼ ਪਹਿਚਾਣੀਏ, ਜਿੰਨਾ ਹੋ ਸਕਦਾ ਹੈ ਇੱਕ ਸਿੱਖ ਜਿੱਥੇ ਵੀ ਬੈਠਾ ਹੈ ਉਹ ਜਿਹੜਾ ਇੱਕ ਹਾਹ ਦਾ ਨਾਰਾ ਤਾਂ ਜ਼ਰੂਰ ਮਾਰੇ। ਅਤੇ ਇਹਨਾਂ ਜਿਹੜੇ ਇਹ ਜੋਕਾਂ ਜੋ ਸਾਡੇ ਸਿੱਖ ਕੌਮ ਨੂੰ ਚਿੰਬੜ ਚੁੱਕੀਆਂ ਹਨ, ਦੋ ਪਰਿਵਾਰ ਜੋ ਇੱਕ ਬਾਦਲ ਪਰਿਵਾਰ ਅਤੇ ਇੱਕ ਕੈਪਟਨ ਪਰਿਵਾਰ, ਉਹ ਜਿੰਨੀ ਦੇਰ ਤੱਕ ਸਾਡਾ ਉਹਨਾਂ ਤੋਂ ਖਹਿੜਾ ਨਹੀਂ ਛੁੱਟਦਾ ਉੰਨੀ ਦੇਰ ਤੱਕ ਪੰਜਾਬ ਤੱਕ ਹੀ ਸਿੱਖ ਪੋਲੀਟਿਕਸ ਦਾ ਵੀ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ। ਸੋ ਸਾਰੀ ਕੌਮ ਨੂੰ ਅਪੀਲ ਹੈ ਕਿ ਆਪੋ ਆਪਣੇ ਫਰਜ਼ ਪਹਿਚਾਣੋ ਅਤੇ ਕਿਸੇ ਵੀ ਤਰੀਕੇ ਨਾਲ ਜਿਹੜਾ ਹੈ ਉਹ ਇਹਨਾਂ ਦੀ ਜਿਹੜੀ ਆ ਅਸੀਂ ਮੁਖਾਲਫਤ ਜਿਹੜੀ ਹੈ ਤਾਂ ਕਿ ਅਸੀਂ ਇਤਿਹਾਸ ਨੂੰ ਚੰਗੇ ਜਵਾਬਦੇਹ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋਮਸਨ ਸਕੇਅਰ ਪਾਰਕ ਨਿਊਯਾਰਕ ਦਾ ਇੱਕ ਬਹੁਤ ਹੀ ਜਾਣਿਆ ਪਹਿਚਾਣਿਆ ਪਾਰਕ ਹੈ। ਇਸ ਦੇ ਵਿੱਚ ਵੱਖ ਵੱਖ ਕਮਿਊਨਿਟੀਆਂ ਆਪਣੇ ਸਮਾਗਮ ਕਰਦੀਆਂ ਨੇ ਔਰ ਇਸੇ ਪਾਰਕ ਦੇ ਵਿੱਚ ਬੀਤੇ ਦਿਨੀ 44ਵਾਂ ਸ਼੍ਰੀ ਹਰੇ ਕ੍ਰਿਸ਼ਨਾ ਸਮਾਗਮ ਜਿਹੜਾ ਸੀ ਉਹ ਇਸ ਪਾਰਕ ਦੇ ਵਿੱਚ ਕਰਵਾਇਆ ਗਿਆ, ਜਿਸ ਦੇ ਵਿੱਚ ਕ੍ਰਿਸ਼ਨ ਭਗਤਾਂ ਅਤੇ ਹੋਰ ਲੋਕਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਿਰਕਤ ਕੀਤੀ। ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਅੰਦਰ ਇਸ ਪ੍ਰੋਗਰਾਮ ਦੀਆਂ ਚੱਲ। ਪੰਚਰਤਨ ਦਾਸ ਵਿਚ ਇਜ਼ ਦ ਨੇਮ ਮਾਈ ਗੁਰੂ ਸਵਾਮੀ ਏਸੀ ਭਗਤੀ ਵਿਦਾਂਤ ਸਵਾਮੀ ਪ੍ਰਭੂਪਾਦ ਗੇਵ ਮੀ ਨੀਅਰਲੀ 50 ਈਅਰਸ ਅਗੋ ਵੈਨ ਆਈ ਕੇਮ ਹੀਅਰ ਟੂ ਨਿਊਯਾਰਕ ਸਿਟੀ 1971 ਐਂਡ ਬੀਕੇਮ ਪਾਰਟ ਆਫ ਦਿਸ ਵੰਡਰਫੁਲ ਹਰੇ ਕ੍ਰਿਸ਼ਨ ਮੂਵਮੈਂਟ। ਦਿਸ particular event today is very special because it's here in this park under that tree that my Gurudev Swami Prabhupada came and started the Sankirtan of Lord Chaitanya Mahaprabhu here in New York City, bringing some of his followers. They sat down under this tree, started chanting as we're doing now, Hare Krishna, Hare Krishna, Krishna Krishna, Hare Hare, Hare Rama, Rama Rama, Hare Hare. So there's people from all over the world coming here to celebrate this festival. It's part of a 3-day program. Tomorrow we'll be doing the Rath Yatra down Fifth Avenue, and we'll have a big festival in Washington Square Park as well. So if you happen to be in the New York area, please join us from 12 to 7 in Washington Square Park tomorrow. And today, come on down to Tompkins Square right now in New York City, or in
Times Square tonight. ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਵੈਸਟ ਕੋਸਟ ਦੇ ਵਿੱਚ ਸਾਡਾ ਸਟੂਡੀਓ ਖੁੱਲ੍ਹ ਗਿਆ, ਹਰ ਤਰ੍ਹਾਂ ਦੇ ਪ੍ਰੋਗਰਾਮ ਜਾਂ ਆਪਣੇ ਪ੍ਰੋਗਰਾਮਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਇੰਦਰਾਜ਼ ਕਰਾਉਣ ਵਾਸਤੇ, ਖਬਰਾਂ ਜਾਂ ਕਿਸੇ ਢੰਗ ਦੀਆਂ ਵੀ ਸਰਗਰਮੀਆਂ ਨੂੰ ਇੰਦਰਾਜ਼ ਕਰਾਉਣ ਵਾਸਤੇ ਸਾਡਾ ਵਿਸ਼ੇਸ਼ ਪ੍ਰਤੀਨਿਧ ਜਗਤਾਰ ਸਿੰਘ ਜੱਗੀ ਇਸ ਵੇਲੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਵਿੱਚ ਬੈਠੇ ਨੇ ਔਰ ਉਹ ਆਪਣੀ ਕਮਿਊਨਿਟੀ ਦੇ ਵੱਖ ਵੱਖ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਜਸ ਕੈਮਰੇ ਦੀ ਨਜ਼ਰ ਵਾਸਤੇ ਹਮੇਸ਼ਾ ਕਵਰ ਕਰਦੇ ਨੇ ਔਰ ਬੀਤੇ ਹਫ਼ਤੇ ਦੇ ਵਿੱਚ ਵੈਸਟ ਕੋਸਟ ਦੇ ਵਿੱਚ ਵੱਖ ਵੱਖ ਰੰਗ ਅਤੇ ਵੱਖ ਵੱਖ ਢੰਗ ਜਿਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ ਉਹਨਾਂ ਦਾ ਤਰਤੀਬ ਵਾਰ ਵੇਰਵਾ ਕਿਸ ਤਰ੍ਹਾਂ ਦਿੰਦੇ ਨੇ ਕੈਲੀਫੋਰਨੀਆ ਤੋਂ ਸਾਡੇ ਪ੍ਰਤੀਨਿਧ ਜਗਤਾਰ ਸਿੰਘ ਜੱਗੀ, ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਵਿੱਚ। ਅਸੀਂ ਅੱਜ ਪਹੁੰਚੇ ਸਨ ਫਰਾਂਸਿਸਕੋ, ਜੋ ਕਿ ਕੈਲੀਫੋਰਨੀਆ ਦਾ ਦਿਲ ਧੜਕਣ ਕਿਹਾ ਜਾਂਦਾ ਇਹਨੂੰ। ਬੜੀਆਂ ਵੱਡੀਆਂ ਈਵੈਂਟਸ ਇੱਥੇ ਹੁੰਦੀਆਂ, ਤਕਰੀਬਨ ਹਰ ਸਮੇਂ 24 ਆਵਰ ਰਨਿੰਗ ਸਿਟੀ ਇਹ ਵੀ ਹੈਗਾ ਔਰ ਰੌਣਕ ਮੇਲਾ ਹਮੇਸ਼ਾ ਇੱਥੇ ਰਹਿੰਦਾ। ਪਰ ਅੱਜ ਅਸੀਂ ਜਿਸ ਜਗ੍ਹਾ ਪਹੁੰਚੇ ਹਾਂ ਇਹ ਹੈ ਜੀ ਯੂਨੀਅਨ ਸਕੇਅਰ ਦੇ ਵਿੱਚ, ਸਪਰਿੰਗ ਇੰਡੀਆ ਡੇ ਹੋ ਰਿਹਾ ਮੇਲਾ ਕਹਿ ਲਓ। ਭਾਰਤੀ ਲੋਕ ਜਿਹੜੇ ਇਹਦੇ 'ਚ ਮੋਸਟਲੀ ਸ਼ਾਮਿਲ ਹੋਏ ਨੇ, ਕਿਤੇ ਕਿਤੇ ਪੰਜਾਬੀ ਵੀ ਦਿਸ ਰਹੇ ਨੇ, ਪਰ ਅਗਰ ਗੱਲ ਕਰੀਏ ਅਸੀਂ ਸਾਊਥ ਇੰਡੀਆ ਦੀ, ਸਾਊਥ ਇੰਡੀਆ ਦੇ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਬੜੇ ਤਰ੍ਹਾਂ ਦੇ ਇੱਥੇ ਪ੍ਰੋਗਰਾਮ ਹੋ ਰਹੇ ਨੇ, ਜਿਵੇਂ ਸਾੜੀ ਪਰੇਡ ਹੋ ਰਹੀ ਹੈ, ਸਾੜੀ ਪਾ ਕੇ ਪਰੇਡ ਕਰਨੀ ਹੈ, ਜਾਂ ਸਟੇਜ ਵੀ ਤੁਸੀਂ ਮੇਰੇ ਪਿੱਛੇ ਲੱਗੀ ਦੇਖ ਰਹੇ ਹੋ, ਇੱਥੇ ਵੀ ਰੰਗਾਰੰਗ ਪ੍ਰੋਗਰਾਮ ਚੱਲਣਾ, ਪੰਜਾਬੀ ਪ੍ਰੋਗਰਾਮ ਵੀ ਚੱਲਣਾ, ਢੋਲ ਵਾਲਾ ਵੀ ਘੁੰਮ ਰਹੇ ਨੇ, ਪੰਜਾਬੀ ਗਿੱਧਾ ਭੰਗੜਾ ਵੀ ਹੋਏਗਾ, ਪੰਜਾਬੀ ਸਿੰਗਰ ਵੀ ਪਹੁੰਚੇ ਹੋਏ ਨੇ ਇਸ ਜਗ੍ਹਾ। ਸੋ ਅੱਜ ਅਸੀਂ ਤੁਹਾਨੂੰ ਇਸ ਸਨ ਫਰਾਂਸਿਸਕੋ ਦੀ ਧਰਤੀ ਦੇ ਵਿੱਚੋਂ ਸਪਰਿੰਗ ਇੰਡੀਆ ਡੇ ਦਾ ਨਜ਼ਾਰਾ ਦਿਖਾਵਾਂਗੇ। ਆਓ ਦੇਖਦੇ ਹਾਂ ਇਸ ਮੇਲੇ ਦੇ ਕੀ ਰੰਗ ਨੇ। ਸਪਰਿੰਗ ਇੰਡੀਆ ਡੇ ਦੇ ਵਿੱਚ ਜਿੱਥੇ ਬਹੁਤ ਸਾਰੇ ਕਲਾਕਾਰ ਆਏ ਨੇ, ਹਰ ਸਟੇਟ ਦੇ ਕਲਾਕਾਰ ਆਏ ਨੇ, ਹਰ ਸਟੇਟ ਦੀ ਪਰਫੋਰਮੈਂਸ ਹੈਗੀ ਸਟੇਜ 'ਤੇ। ਉੱਥੇ ਅਸੀਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵੱਲੋਂ ਸਾਡੀ ਇੱਕ ਬਹੁਤ ਹੀ ਪਿਆਰੀ ਗਾਇਕਾ ਜਿਨ੍ਹਾਂ ਨੇ ਅੱਜ ਇੱਥੇ ਪਰਫੋਰਮ ਕਰਨਾ ਔਰ ਨੈਸ਼ਨਲ ਐਂਥਮ ਵੀ ਉਹਨਾਂ ਨੇ ਗਾਉਣਾ, ਸਾਡੇ ਜਿਹੜਾ ਰਾਸ਼ਟਰੀ ਗਾਨ ਹੈਗਾ। ਅਸ਼ਮੀਤ ਨਰੂਲਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ ਜਸ ਪੰਜਾਬੀ ਦੇ ਸਰੋਤਿਆਂ ਨੂੰ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਲੋ, ਆਦਾਬ। ਅਤੇ ਅੱਜ ਇਹ ਸਪਰਿੰਗ ਇੰਡੀਆ ਡੇ ਪਹਿਲੀ ਵਾਰ ਆਏ ਹੋ ਤੁਸੀਂ? ਹਾਂਜੀ, ਮੈਂ ਪਹਿਲੀ ਵਾਰ ਆਈ ਹਾਂ, ਇਹ ਹੁੰਦਾ ਪਿਛਲੇ ਮੇਰੇ ਖਿਆਲ 3-4 ਸਾਲਾਂ ਤੋਂ ਹੋ ਰਿਹਾ, ਐਂਡ ਦਿਸ ਇਜ਼ ਦ ਫਸਟ ਟਾਈਮ ਆਈ ਐਮ ਪਰਫੋਰਮਿੰਗ ਹੇਅਰ। ਅਤੇ ਪਹਿਲਾਂ ਆਈ ਵਿਲ ਓਪਨ ਅਪ ਦ ਸੈਰੇਮਨੀ ਵਿਦ ਅਮੈਰੀਕਨ ਨੈਸ਼ਨਲ ਐਂਥਮ, ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਦੇ ਬਾਅਦ ਅਸੀਂ ਆਪਣਾ ਪੰਜਾਬੀ ਤੜਕਾ ਲਾਵਾਂਗੇ ਜੀ। ਵਾਹ ਜੀ ਵਾਹ। ਅਤੇ ਕਿਵੇਂ ਲੱਗ ਰਿਹਾ ਅੱਜ ਇੱਥੇ ਆਪਣੇ ਪੰਜਾਬੀ ਥੋੜ੍ਹੇ ਜਿਹੇ ਘੱਟ ਨਜ਼ਰ ਆ ਰਹੇ ਨੇ, ਫਿਰ ਵੀ ਕਿਵੇਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ, ਇਹ ਗੱਲ ਜਿੱਥੇ ਹੁੰਦੀ ਇੰਡੀਆ ਦੀ, ਹਿੰਦੁਸਤਾਨ ਦੀ, ਅਤੇ ਬਹੁਤ ਅੱਛਾ ਲੱਗ ਰਿਹਾ ਕਿ ਸਾਰੇ, ਸਭ ਤੋਂ ਅੱਛੀ ਗੱਲ ਸਿਲੀਕਨ ਵੈਲੀ ਦੀ ਇਹ ਹੈ ਕਿ ਇਟ ਇਜ਼ ਅ ਮੈਲਟਿੰਗ ਪੋਟ, ਹਰ ਕਾਇੰਡ ਦਾ ਬੰਦਾ ਇੱਥੇ ਹੈਗਾ, ਨਾ ਹੀ ਸਿਰਫ ਇੰਡੀਆ ਦਾ ਬਟ ਦੂਸਰੇ ਦੇਸ਼ਾਂ ਦੇ ਸਾਰੇ ਬੰਦੇ ਇੱਥੇ ਆਏ ਹੋਏ ਨੇ। ਸੋ ਇਟਸ ਅ ਵੰਡਰਫੁਲ ਮਾਹੌਲ ਇੱਥੇ। ਇਹ ਕਹਿੰਦੇ ਜੀ ਆਪਾਂ ਭਾਵੇਂ ਕਿਸੇ ਹੋਰ ਸਟੇਟ ਦੇ ਗੀਤ ਦੇ ਉੱਪਰ ਨੱਚ ਸਕੀਏ, ਨੱਚ ਸਕੀਏ, ਪਰ ਬਾਕੀ ਸਟੇਟਾਂ ਦੇ ਜਿਹੜੇ ਲੋਕ ਨੇ ਹਿੰਦੁਸਤਾਨ ਦੀਆਂ, ਦੇ ਸਾਰੇ ਪੰਜਾਬੀ ਗੀਤਾਂ ਨੱਚਦੇ ਨੇ। ਬਿਲਕੁਲ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ, ਤੁਸੀਂ ਯੂਟਿਊਬ ਖੋਲ ਕੇ ਦੇਖ ਲਓ, ਜਿੰਨੇ ਵੀ ਆਪਣੇ ਕਹਿੰਦੇ ਦਲੇਰ ਮਹਿੰਦੀ ਸਾਹਿਬ ਦੇ ਜਿਹੜੇ ਗੀਤ ਹੈਗੇ ਨੇ ਉਹਨਾਂ 'ਤੇ ਪਤਾ ਨਹੀਂ ਕਿੰਨੇ ਕਿੰਨੇ ਨੱਚ ਟੱਪਿਆ ਹੈ, ਅਤੇ ਕਿਹੜੇ ਜਿਹੜੇ ਸਾਡੇ ਹੁਣ ਵੀ ਗੀਤ ਆਉਂਦੇ ਨੇ, ਸਾਰੇ ਬਹੁਤ ਜ਼ਿਆਦਾ ਪੈਪੀ ਨੰਬਰ ਸਾਰੇ ਨੱਚ ਪੈਂਦੇ ਨੇ, ਅਤੇ ਇਹੀ ਸਾਡਾ ਗੋਲ ਹੈ ਅੱਜ ਵੀ। ਅਤੇ ਤੁਹਾਡਾ ਅਗਲਾ ਕੋਈ ਪ੍ਰੋਜੈਕਟ ਆ ਰਿਹਾ ਹੋਵੇ ਤਾਂ ਦੱਸੋ ਸਾਡੇ ਦਰਸ਼ਕਾਂ ਨੂੰ। ਹਾਂਜੀ, ਮੇਰੇ ਅਗਲੇ ਬੜੇ ਸਾਰੇ ਪ੍ਰੋਜੈਕਟਸ ਆ ਰਹੇ ਨੇ, ਅਤੇ ਥੋੜ੍ਹੇ ਬਹੁਤ ਸਰਪ੍ਰਾਈਜ਼ ਹੈਗੇ ਨੇ, ਅਤੇ ਤੁਸੀਂ ਵੇਟ ਕਰੋ, ਅਤੇ ਆਫਕੋਰਸ ਪੰਜਾਬੀ ਹੈਗੇ ਨੇ, ਅਤੇ ਦੇ ਵਿਲ ਬੀ ਆਊਟ ਸੂਨ। ਦੋ ਲਾਈਨਾਂ ਸਾਡੇ ਦਰਸ਼ਕਾਂ ਵਾਸਤੇ ਜ਼ਰੂਰ ਗਾਓ ਜਸ ਪੰਜਾਬੀ ਦੇ। ਹਾਂਜੀ ਜ਼ਰੂਰ, ਮੈਂ ਆਪਣਾ ਜਿਹੜਾ ਮੇਰਾ ਗੀਤ ਹੈ ਸਕੀਰੀਆਂ, ਜਿਹੜਾ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਆਇਆ ਸੀ, ਮੈਂ ਉਹਦੀਆਂ ਦੋ ਲਾਈਨਾਂ ਗਾ ਦਿੰਦੀ ਹਾਂ। ਵੇ ਮਾਹੀ ਮਾਹੀ, ਵੇ ਮਾਹੀ ਮਾਹੀ, ਵੇ ਮਾਹੀ ਮਾਹੀ, ਮਾਹੀ ਮਾਹੀ, ਵੇ ਮਾਹੀ ਮਾਹੀ, ਤੇਰੇ ਨਾਲ ਪਾਈਆਂ ਕੀ ਸਕੀਰੀਆਂ, ਦਿਲ ਵੀ ਤੜਫਦਾ ਜਾਨ ਨਿਕਲਦੀ, ਤੇਰੇ ਬਾਰੇ ਸੋਚਾਂ ਮੈਂ ਹਰ ਸਾਦੇ ਨਾਲ ਨਿਕਲਣ ਹੋਕੇ, ਤੂੰ ਹੀ ਦੱਸ ਕਿੰਜ ਰੋਕਾਂ ਮੈਂ ਤੇਰੀਆਂ ਨਿਸ਼ਾਨੀਆਂ, ਮੁੰਦੀਆਂ ਤੇ ਗਾਨੀਆਂ, ਵੇਖ ਵੇਖ ਰੋਆਂ ਮੈਂ ਜ਼ੰਜੀਰੀਆਂ, ਵੇ ਮਾਹੀ ਮਾਹੀ, ਤੇਰੇ ਨਾਲ ਪਾਈਆਂ ਕੀ ਸਕੀਰੀਆਂ, ਵੇ ਮਾਹੀ ਮਾਹੀ, ਤੇਰੇ ਨਾਲ ਪਾਈਆਂ ਹੈ
ਕੀ ਸਕੀਰੀਆਂ। ਕੀ ਬਾਤ, ਬਹੁਤ ਵਧੀਆ। ਤੇ ਦੋ ਸ਼ਬਦ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਵੈਸੇ ਕੀ ਕਹਿਣਾ ਚਾਹੁੰਦੇ, ਸੁਨੇਹਾ ਕੀ ਦੇਣਾ ਚਾਹੁੰਦੇ? ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਪੰਜਾਬੀ ਜਿੱਥੇ ਜਿੱਥੇ ਵਸੇ ਨੇ ਉਹਨਾਂ ਨੇ ਆਪਣੀ ਇੱਕ ਤਾਕ ਬਣਾਈ ਹੈ, ਆਪਣੀ ਇੱਕ ਪਛਾਣ ਬਣਾਈ ਹੈ। ਤੇ ਹੁਣ ਅਸੀਂ USA ਦੇ ਵਿੱਚ ਵੀ ਆਪਣੀ ਪਹਿਚਾਣ ਬਣਾਈ ਹੈ, ਜਿਹਦੇ ਵਿੱਚ ਜਸ ਪੰਜਾਬੀ ਦਾ ਬਹੁਤ ਹੀ ਅੱਛਾ ਹੱਥ ਹੈਗਾ ਹੈ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਮੈਂ ਚਾਹੁੰਦੀ ਹਾਂ ਕਿ ਸਾਰੇ ਸਰੋਤੇ ਜਸ ਪੰਜਾਬੀ ਨੂੰ ਸਪੋਰਟ ਕਰਨ, ਪੰਜਾਬੀ ਮਿਊਜ਼ਿਕ ਨੂੰ ਸਪੋਰਟ ਕਰਨ, ਪੰਜਾਬੀ ਗਾਇਕਾਂ ਨੂੰ ਸਪੋਰਟ ਕਰਨ ਤੇ ਅਸ਼ਮੀਤ ਨਰੂਲਾ ਨੂੰ ਸਪੋਰਟ। ਜੀ ਬਿਲਕੁਲ, ਇਹ ਸਭ ਤੋਂ ਜ਼ਰੂਰੀ ਹੈ। ਥੈਂਕ ਯੂ। ਹਾਂਜੀ ਭਾਜੀ, ਤੁਹਾਡਾ ਕੀ ਨਾਮ ਆ ਤੇ ਕਦੋਂ ਤੁਸੀਂ ਸਟਾਲ ਲਾਇਆ ਇੱਥੇ? ਜੀ ਮੈਂ ਮੇਰਾ ਨਾਮ ਹੈਗਾ ਨਿਤਿਨ ਖੰਨਾ, ਮੈਂ ਗੋਲਡਨ ਵਨ ਕ੍ਰੈਡਿਟ ਯੂਨੀਅਨ ਹੋਮ ਲੋਨ ਐਡਵਾਈਜ਼ਰ। ਸੋ ਆਪਾਂ ਸਟਾਲ ਲਗਾਇਆ ਬੇਸਿਕਲੀ ਫੋਰ ਰੀਫਾਈਨੈਂਸਿੰਗ, ਦ ਰੇਟਸ ਆਰ ਰੀਲੀ ਲੋ ਫੋਰ ਨਿਊ ਪਰਚੇਸਿਸ, ਵੀ ਆਰ ਬੇਸਡ ਇਨ ਸੈਕਰਾਮੈਂਟੋ, ਸੋ ਵੀ ਆਰ ਜਸਟ ਟ੍ਰਾਇੰਗ ਟੂ ਗੈਟ ਆਰ ਪ੍ਰੈਜ਼ੈਂਸ ਇਨ ਦ ਬੇ ਏਰੀਆ। ਹਾਂਜੀ, ਸਪਰਿੰਗ ਇੰਡੀਆ ਡੇ ਦੇ ਵਿੱਚ ਤੁਸੀਂ ਪਹਿਲੀ ਵਾਰ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਆਪਾਂ। ਕੀ ਲੱਗ ਰਿਹਾ ਤੁਹਾਡਾ ਸਟਾਲ ਵੀ ਸੋਲਰ ਦਾ ਲੱਗਿਆ? ਸਾਡਾ ਧੁੱਪ ਇੰਨੀ ਵਧੀਆ ਧੁੱਪ ਨਿਕਲੀ ਹੋਈ ਹੈ, ਸਾਡਾ ਸਟਾਲ ਹੈਗਾ ਜੀ ਹੋਰਾਈਜ਼ਨ ਸੋਲਰ ਪਾਵਰ। ਆਪਾਂ ਸਾਡਾ ਇੰਡੀਅਨ ਭਾਈਓ ਔਰ ਬਹਿਨੋ ਕੋ ਹਮ ਫ੍ਰੀ ਮੈਂ ਸੋਲਰ ਦੇ ਰਹੇ ਹਾਂ ਅੱਜ, ਕੋਈ ਖਰਚਾ ਨਹੀਂ ਉਨਕੀ ਜੇਬ ਸੇ, ਔਰ ਸਭ ਕੁਝ ਉਨਕੋ ਫ੍ਰੀ ਮੇ ਕਰਕੇ ਦੇ ਰਹੇ ਹਾਂ। 5-7 ਤੋਂ ਮੁਝੇ ਦੇ ਦੋ ਨਾ ਪਹਿਲੇ। ਠੀਕ ਹੈ ਜੀ। ਸਪਰਿੰਗ ਇੰਡੀਆ ਡੇ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਤੇ ਭਾਜੀ ਕੀ ਨਾਮ ਤੁਹਾਡਾ ਤੇ ਕਦਾ ਆਪਾਂ ਲਾਇਆ ਸਟਾਲ? ਮੇਰਾ ਨਾਮ ਹਰਮੇਲ ਹੈ ਤੇ ਆਪਣੀ ਸਟਾਲ ਦਾ ਨਾਮ ਸੰਦੂਕ ਦਾ ਗਲੈਮ ਟਰੰਕ। ਵਾਹ, ਸੰਦੂਕ ਪੁਰਾਣਾ ਜਿਹੜਾ ਹੁੰਦਾ ਸੀ। ਹਾਂਜੀ ਹਾਂਜੀ ਬਿਲਕੁਲ ਜੀ। ਹਾਂਜੀ ਹਾਂ, ਜੋ ਆਪਣੇ ਪੁਰਾਣੇ ਸੰਦੂਕ ਹੁੰਦੇ ਸੀ ਹੈਨਾ, ਉਹੀ ਅਸੀਂ ਇੱਥੇ ਖੋਲੇ ਆ, ਜਿਹਦੇ ਵਿੱਚ ਅਸੀਂ ਪੰਜਾਬੀ ਜੁੱਤੀਸ ਰੱਖੀਆਂ, ਦੁਪੱਟੇ, ਫੁਲਕਾਰੀਆਂ, ਜੁਐਲਰੀ। ਆਪਣੇ ਪੰਜਾਬੀ ਕਲਚਰ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ ਇੱਥੇ ਬਾਏ ਸੈਲਿੰਗ ਦ ਪੰਜਾਬੀ ਪ੍ਰੋਡਕਟਸ, ਜਿਹੜੇ ਪੰਜਾਬੀ ਜੁੱਤੀ ਹੋ ਗਈ ਹੈਨਾ। ਨਹੀਂ, ਇਹ ਇੱਥੇ ਹੀ ਲਾਏ ਆ ਜਾਂ ਵੈਸੇ ਵੀ ਤੁਹਾਡਾ ਹੈ ਕਿਤੇ? ਸਾਡਾ ਫਰੀ ਮੌਂਡ ਦੇ ਵਿੱਚ ਹੈਗਾ ਇਹ। ਸੋ ਅਸੀਂ ਵੈਸੇ ਫਿਲਹਾਲ ਇਹ ਸਪਰਿੰਗ ਇੰਡੀਆ ਡੇ 'ਤੇ ਲਗਾਇਆ, ਅਦਰਵਾਈਜ਼ ਇੱਦਾਂ ਹੀ ਹੋਰ ਇਵੈਂਟਸ ਹੁੰਦੇ ਆ ਅਸੀਂ ਉੱਥੇ ਵੀ ਆਪਣੀ ਸਟਾਲਸ ਲਗਾਉਂਦੇ ਹਾਂ ਜੀ। ਇਹ ਸਮਾਨ ਫਿਰ ਜਿਹੜਾ ਤੁਸੀਂ ਸੰਦੂਕ ਵਾਲਾ ਸੰਦੂਕ ਦੇ ਵਿੱਚ ਰੱਖਿਆ ਹੁੰਦਾ ਸੀ, ਉਹ ਕਿੱਥੋਂ ਲੈ ਕੇ ਆਉਣਾ ਇੰਡੀਆ ਤੋਂ? ਜੀ ਪੰਜਾਬ ਤੋਂ, ਕੁਝ ਸਾਡਾ ਅੰਮ੍ਰਿਤਸਰ ਤੋਂ ਹੈ, ਕੁਝ ਸਾਡਾ ਬਟਾਲੇ ਤੋਂ ਆਉਂਦਾ, ਕੁਝ ਜੁਐਲਰੀ ਸਾਡੀ ਪਟਿਆਲੇ ਤੋਂ ਆਉਂਦੀ ਹੈ, ਫੁਲਕਾਰੀਆਂ ਮੋਸਟਲੀ ਅੰਮ੍ਰਿਤਸਰ ਪਟਿਆਲਾ ਰਲਿਆ ਮਿਲਿਆ ਸਾਰਾ ਸਮਾਨ ਹੈ। ਤੁਹਾਨੂੰ ਲੱਗਦਾ ਕਿ ਇਧਰਲੇ ਮੁਲਕਾਂ ਦੇ ਵਿੱਚ ਪੁਰਾਣੇ ਸੱਭਿਆਚਾਰ ਦੀ ਜ਼ਿਆਦਾ ਕਦਰ ਹੈ, ਅਗਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਮੁਕਾਬਲੇ? ਬਹੁਤ ਕਦਰ ਹੈ ਜੀ, ਔਰ ਇੱਥੇ ਦੇ ਲੋਕ ਇਹ ਸਮਾਨ ਨੂੰ ਜ਼ਿਆਦਾ ਪਸੰਦ ਕਰਦੇ ਆ, ਔਰ ਮੈਂ ਨਹੀਂ ਕਹੂੰਗੀ ਕਿ ਸਿਰਫ ਪੰਜਾਬ ਦੇ ਲੋਕ ਇਸ ਨੂੰ ਪਸੰਦ ਕਰਦੇ ਆ, UP, ਬਿਹਾਰ, ਐਵਰੀਬਡੀ ਦੇ ਲਾਈਕ ਦਿਸ ਸਟਫ ਰਾਈਟ, ਐਂਡ ਈਵਨ ਅਮੈਰੀਕਨ ਪੀਪਲ ਜਿਹੜੇ ਦੂਸਰੇ ਦੇਸ਼ਾਂ ਤੋਂ ਆ ਰਹੇ ਆ, ਉਹ ਇਸ ਇਹਨਾਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਆ ਔਰ ਲੈ ਕੇ ਜਾਂਦੇ ਆ। ਅਗਰ ਆਪਾਂ ਪੰਜਾਬੀਅਤ ਦੀ ਗੱਲ ਕਰੀਏ ਤਾਂ ਇੱਥੇ ਪੰਜਾਬੀ ਜਿਹੜੇ ਹੈਗੇ ਨੇ ਤੇ ਉਹ ਆਪਣੀ ਲੈਂਗੁਏਜ ਨੂੰ, ਪੰਜਾਬੀ ਲੈਂਗੁਏਜ ਨੂੰ ਜ਼ਿਆਦਾ ਸਮਾਨ ਦਿੰਦੇ ਆ ਔਰ ਜ਼ਿਆਦਾ ਬੋਲਦੇ ਆ, ਤੇ ਆਈ ਡੋਂਟ ਥਿੰਕ ਕਿ ਆਪਣੇ ਜਿਹੜੇ ਇੱਥੇ ਕਈ ਵਾਰੀ ਜਿਹੜੇ ਆਪਾਂ ਚੰਡੀਗੜ੍ਹ ਤੋਂ ਆਏ ਹਾਂ ਪਹਿਲਾਂ ਪਿੱਛੋਂ, ਔਰ ਖੰਨਾ ਲੁਧਿਆਣਾ ਤੋਂ ਆਏ ਹਾਂ, ਠੀਕ ਹੈ, ਅਤੇ ਅਸੀਂ ਉੱਥੇ ਦੇਖਦੇ ਹਾਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਾਂ ਆਪਣੇ ਪਿੰਡ ਦੇ ਆਪਣੇ ਬੱਚਿਆਂ ਦੇ ਨਾਲ, ਤਾਂ ਉਹ ਆਪਾਂ ਨੂੰ ਹਿੰਦੀ ਜਵਾਬ ਦਿੰਦੇ ਆ ਕਈ ਵਾਰੀ, ਰਾਈਟ, ਅਤੇ ਸਾਨੂੰ ਬੜੀ ਹੀ ਦੁੱਖ ਹੁੰਦਾ ਕਿ ਅਸੀਂ ਇੱਥੇ ਰਹਿ ਕੇ US 'ਚ ਰਹਿ ਕੇ ਪੰਜਾਬੀ 'ਚ ਗੱਲ ਕਰਦੇ ਹਾਂ, ਸਾਡੇ ਬੱਚੇ ਹਿੰਦੀ 'ਚ ਗੱਲ ਕਰਦੇ ਹਾਂ, ਰਾਈਟ, ਅਤੇ ਇੱਥੇ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ ਕਈ ਵਾਰ ਓਨਾ ਪਾਠ ਆਉਂਦਾ ਹੁੰਦਾ ਉਹ ਸਾਡੇ ਉੱਥੇ ਦੇ ਬੱਚਿਆਂ ਨੂੰ ਨਹੀਂ ਆਉਂਦਾ ਹੁੰਦਾ, ਰਾਈਟ। ਦੋਸਤੋ, ਹੁਣ ਤੁਹਾਨੂੰ ਲੈ ਚੱਲਦੇ ਹਾਂ ਸੀਰੀਜ਼ ਦੇ ਕਮਿਊਨਿਟੀ ਸੈਂਟਰ ਦੇ ਵਿੱਚ, ਜਿੱਥੇ ਇੱਕ ਬਾਬਾ ਫਕੀਰ ਚੰਦ ਜੀ ਵੈਲਫੇਅਰ ਸੁਸਾਇਟੀ ਅਤੇ ਵੈਸਟਰਨ ਸਿੰਘ ਫਾਊਂਡੇਸ਼ਨ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ, ਕਿਉਂਕਿ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਨਾਲ ਬੇਪਛਾਣ ਕਰਕੇ ਕਈ ਜਗ੍ਹਾ ਘਟਨਾਵਾਂ ਹੋ ਜਾਂਦੀਆਂ ਔਰ ਐਸੀਆਂ ਘਟਨਾਵਾਂ ਹੋ ਜਾਂਦੀਆਂ ਜਿਹਦਾ ਬਹੁਤ ਮਾੜਾ ਨਤੀਜਾ ਦੇਖਣ ਨੂੰ ਮਿਲਦਾ। ਇਹਨਾਂ ਘਟਨਾਵਾਂ ਨੂੰ ਘਟਾਉਣ ਵਾਸਤੇ ਜਾਂ ਬਚਾਉਣ ਵਾਸਤੇ ਇਹਨਾਂ ਘਟਨਾਵਾਂ ਤੋਂ ਇਹ ਜਿਹੜੀ ਆ ਉਪਰਾਲਾ ਕੀਤਾ ਜਾ ਰਿਹਾ ਸੀਰੀਜ਼ ਦੇ ਵਿੱਚ, ਕਮਿਊਨਿਟੀ ਸੈਂਟਰ ਦੇ ਵਿੱਚ ਸਿੱਖ ਅਮੈਰੀਕਨ ਅਵੇਅਰਨੈਸ ਈਵੈਂਟ, ਔਰ ਇਸ ਈਵੈਂਟ ਦੇ ਵਿੱਚ ਜਿੱਥੇ ਗੁਰਪ੍ਰੀਤ ਸਿੰਘ ਹੁਣੀ ਜਿਹੜੇ ਕਿ ਡਿਸਟ੍ਰਿਕਟ ਅਟਾਰਨੀ ਨੇ ਮੋਡੈਸਟੋ ਦੇ, ਉਹਨਾਂ ਨੇ ਉਪਰਾਲਾ ਕੀਤਾ, ਉਹਨਾਂ ਦੀ ਸਾਰੀ ਟੀਮ ਨੇ ਉਪਰਾਲਾ ਕੀਤਾ। ਇਹਦੇ ਵਿੱਚ ਇਹੀ ਕੋਸ਼ਿਸ਼ ਕੀਤੀ ਗਈ ਕਿ ਸਿੱਖਾਂ ਦੀ ਪਛਾਣ ਨੂੰ ਕਿਵੇਂ ਕਾਇਮ ਰੱਖਿਆ ਜਾ ਸਕੇ। ਇਸ ਫੰਕਸ਼ਨ ਦੇ ਵਿੱਚ ਜਿੱਥੇ ਸ਼ਹਿਰ ਦੇ ਮੇਅਰ, ਪੁਲਿਸਮੈਨ ਅਤੇ ਹੋਰ ਬਹੁਤ ਸਾਰੇ ਪਤਵੰਤ ਅਤੇ ਸੱਜਣ ਹਾਜ਼ਰ ਹੋਏ, ਉੱਥੇ ਹੀ ਸਾਡੇ ਪੰਜਾਬੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਆਓ ਦੇਖਦੇ ਹਾਂ ਕਮਿਊਨਿਟੀ ਸੈਂਟਰ ਸੀਰੀਜ਼ ਦੇ ਵਿੱਚ ਹੋਏ ਇਸ ਸਮਾਗਮ ਦੀਆਂ ਝਲਕੀਆਂ। ਮੇਰਾ ਨਾਮ ਜੀ ਹਰਪ੍ਰੀਤ ਸਿੰਘ, ਫਰੋਮ ਵੈਸਟਰਨ ਸਿੰਘ ਫਾਊਂਡੇਸ਼ਨ ਔਨ ਆਲਸੋ ਬਾਬਾ ਫਕੀਰ ਚੰਦ ਵੈਲਫੇਅਰ ਸੁਸਾਇਟੀ, ਅਤੇ ਇਹ ਇਵੈਂਟ ਔਰਗਨਾਈਜ਼ ਅਸੀਂ ਲਾਸਟ 6 ਈਅਰਸ ਤੋਂ ਕਰ ਰਹੇ ਹਾਂ ਅਤੇ ਇਹ ਸਾਡਾ 7th ਈਅਰ ਹੈਗਾ ਵਾ, ਅਤੇ ਮੇਨ ਮਕਸਦ ਇਹ ਇਵੈਂਟ ਦਾ ਇਹੋ ਹੀ ਹੈਗਾ ਵਾ ਕਿ ਆਪਾਂ ਸਿੱਖ ਕਮਿਊਨਿਟੀ ਬਾਰੇ ਅਵੇਅਰਨੈਸ ਸਪਰੈਡ ਕਰ ਸਕੀਏ, ਨੋਟ ਜਸਟ ਅਬਾਊਟ ਕਿ ਆਈਡੈਂਟੀਟੀ ਬਾਰੇ ਬਟ
ਆਲਸੋ ਅਦਰ ਇਸ਼ੂਜ਼ ਜਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਬੁਲਿੰਗ ਹੁੰਦੀ ਆ ਸਕੂਲਸ ਦੇ ਵਿੱਚ ਜਾਂ ਆਪਣੇ ਇਕਨੋਮਿਕ ਇਸ਼ੂਜ਼ ਬਾਰੇ ਕਿਉਂਕਿ ਸਟਿਲ ਆਪਣੇ ਲੋਕ ਬਿਜ਼ਨਸਿਸ ਕਰਦੇ ਹੈਗੇ ਆ ਅਤੇ ਜੋਬਸ ਹੈਗੀਆਂ ਵਾ ਅਤੇ ਸਿਮਿਲਰ ਇਸ਼ੂਜ਼ ਹੈਗੇ ਆ ਡਿਫਰੈਂਟ ਕਮਿਊਨਿਟੀਜ਼ ਦੇ ਵੀ ਅਤੇ ਆਪਣੇ ਵੀ ਅਤੇ ਐਫਰਟ ਇਹੋ ਹੀ ਰਹਿੰਦੀ ਆ ਐਵਰੀ ਈਅਰ ਕਿ ਡਿਫਰੈਂਟ ਡਿਫਰੈਂਟ ਇਸ਼ੂ ਲਿਆਉਂਦੇ ਜਾਣ ਅਤੇ ਇਸ ਈਅਰ ਹੈਗਾ ਸੀ ਬੁਲਿੰਗ ਜਸਪ੍ਰੀਤ ਕੌਰ ਆਈ ਐਮ ਦ 209 ਰੀਜਨਲ ਕਮਿਊਨਿਟੀ ਆਰਗੇਨਾਈਜ਼ਰ ਫੋਰ ਦ ਜਕਾਰਾ ਮੂਵਮੈਂਟ ਦ ਜਕਾਰਾ ਮੂਵਮੈਂਟ ਇਜ਼ ਅ ਗ੍ਰਾਸਰੂਟਸ ਨਾਨ ਪ੍ਰੋਫਿਟ ਆਰਗੇਨਾਈਜ਼ੇਸ਼ਨ ਵੀ ਵਰਕ ਪ੍ਰਾਇਮਰੀਲੀ ਵਿਦ ਸਿੱਖ ਯੂਥ we focus a lot on creative leadership development social justice and community organizing so you know when we were trying to come up with the name of this event today so we came up with stand up against bullying really because that should be our goal as a community you know whether we are just members of the community whether we're city leaders or students that go to high schools elementary schools teachers or any admin at schools as well standing up against bullying is all of our responsibility as a whole I've been involved in police work for many years and I've always been very active in the schools and I find that Livingston school district and high school there are very very few problems with bullying to the extent of cultural bullying we have certain examples of bullying with name calling and things like that but we have a very great school system and to tell you the truth it's not a lot for us to be involved we do educate we do have a lot of resources for our community to prevent bullying and educate the parents and the students but it's been a wonderful opportunity to serve a community it's such a diverse community such as Livingston and I really enjoy working with the Indian community I think that this organization and this event works wonderfully each year to present new ideas and that are informational and useful to the community as a whole so bullying is so topical it's an issue that we're all facing all the time to see it from the Sikh perception and perspective is it's always helpful to see a variety of viewpoints. I love the proactive point of view that was brought forward by the parent who came in and presented a little educational moment to the class that her son was in. I think those kinds of programs and this kind of program are the most effective in countering the issues. Well, yes, it's certainly a key issue in all of our schools and all of our communities today. And I think it's a wonderful thing that you're highlighting that in this year's Seek Recognition event. I've enjoyed this event every year that I've come because I've learned something every time about the wonderful contributions that the Sikh community makes. To make all of our communities better. And this is certainly another good example of just that, to highlight this key issue, to show how it affects members of the Sikh community as well as the larger community as a whole, and the things that we can all do to combat it. My name is Hadil Atik. I'm just saying thank you for everything they do, this to people for in America. I came to America for 12, I think my old 12, and I come to see the child Jenny, he's gave me anything I need and he's gave me everything I need. You will be saying Bhangra, traditional Punjabi dance, and so that would be from Dream Dance. An effort like this to make sure that folks understand what's happening to the wider Sikh community in our area. We're talking a little bit about bullying, but obviously we've also seen hate crimes against the Sikh community here in the Central Valley. Just last year, we saw two. We saw Sarjeet Mali, 50 years old of Turlock, who was attacked by two men who threw sand in his eyes and hit him with a stick and told him to, quote, go back to his own country. And then we saw the story of Sahib Singh of Manteca, who was also attacked by two teenage boys. And these are not isolated incidents. The main issue is ignorance, really, and
your community is working in such a wonderful proactive way to counter that, and it makes me want to support it in whatever way I can and in better ways. So I'm sitting here today saying to myself, who can I bring with me next year? Who can I let know about this event next year so that we can broaden your reach and hit even more people, because I think it's so effective. Thank you. And thank you for allowing me to be here today. As he had mentioned earlier, that I was really involved in school, and it's a great opportunity that I get to be part of events like this. And to go in a little bit in depth about the clubs that I was involved in, so CSF and NHS, they're academic-based clubs, and SHSS, so our community organizer is actually Jaspreet Kaur, and I'm really thankful that she entered into my life because, well, I knew her from a young age, but she came back into my life to be our community organizer, and Sikh Honors and Service Society has taught me a lot about being involved in my community, how to give back to the Sikh community, and how to teach younger generations the right and wrong, and how to help them throughout their lives. So thank you once again. I enjoy coming every year because you meet so many wonderful people. We get to see our friends from the surrounding counties, and there's always a wonderful presentation. And this young lady today did a wonderful job, I think, of showing that reaching out and educating so that we all know each other and understand each other is really the first step to making sure we have the peace in our communities that we want. So, my 37 years of law enforcement, this is the premier event to network with the community, and I love it. I love attending these events and meeting people, and I really enjoy our community. As you know, we have 20% of the population in Livingston is Sikh. And I've mentioned it before, I've been to India, I've been to Punjab, I just love to travel, and I think it's a great opportunity, you know, to ensure that our police department interacts with the Punjab community very well, and we do. As you noticed, we had a couple of our Sikh officers here today, and so it's an honor to be here, and I want to thank you again, and I appreciate all that you do for the relationship, and we'll look forward to next time. ਇਸ ਹਫ਼ਤੇ ਦੇ ਵਿੱਚ ਇਕੱਲੇ ਕੈਲੀਫੋਰਨੀਆ ਜਾਂ ਅਮਰੀਕਾ ਕੈਨੇਡਾ ਦੀ ਗੱਲ ਨਹੀਂ, ਪੂਰੀ ਦੁਨੀਆ ਦੇ ਵਿੱਚ ਸਾਕਾ ਨੀਲਾ ਤਾਰਾ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ, ਔਰ ਉੱਥੇ ਹੀ ਅਗਰ ਅਸੀਂ ਗੱਲ ਕਰੀਏ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਉਹ ਵੀ ਇਸੇ ਹਫ਼ਤੇ ਦੇ ਵਿੱਚ ਹੁੰਦਾ, ਔਰ 7 ਜੂਨ ਦਾ ਇਸ ਵਾਰ ਜਿਹੜਾ ਉਹ ਸੀਗਾ। ਸੋ ਉਸ ਸੰਬੰਧ ਵਿੱਚ ਵੀ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਸਮਾਗਮ ਕੀਤੇ ਜਾ ਰਹੇ ਨੇ, ਕਰਵਾਏ ਜਾ ਰਹੇ ਨੇ, ਬਹੁਤ ਜਗ੍ਹਾ ਨਗਰ ਕੀਰਤਨ ਵੀ ਕੱਢੇ ਜਾ ਰਹੇ ਨੇ। ਅੱਜ ਮੈਂ ਅਗਰ ਗੱਲ ਕਰਾਂ ਤਾਂ ਅੱਜ ਇੱਕ ਪਾਸੇ ਜਿੱਥੇ ਸਨ ਫਰਾਂਸਿਸਕੋ ਦੇ ਵਿੱਚ ਡਾਊਨਟਾਊਨ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਿੱਖ ਕੌਮ ਅਤੇ ਪੰਜਾਬੀ ਇਕੱਠੇ ਹੋ ਕੇ ਉੱਥੇ ਇੱਕ ਬਹੁਤ ਵੱਡਾ ਨਗਰ ਕੀਰਤਨ ਕੱਢ ਰਹੇ ਨੇ, ਉਹ ਵੀ 1984 ਦੇ ਸ਼ਹੀਦਾਂ ਦੀ ਯਾਦਗਾਰ 'ਚ, ਅਤੇ ਨਾਲ ਦੀ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ। ਉੱਥੇ ਹੀ ਪੂਰੀ ਦੁਨੀਆ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਮਾਗਮ ਵੀ ਕੀਤੇ ਜਾ ਰਹੇ ਨੇ। ਅਸੀਂ ਅੱਜ ਪਹੁੰਚੇ ਸੀ ਫ੍ਰੀਮੌਂਟ ਕੈਲੀਫੋਰਨੀਆ, ਇਸ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਤੇ 1984 ਦੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ। ਸੋ ਆਓ ਦੇਖਦੇ ਹਾਂ ਗੁਰਦੁਆਰਾ ਸਾਹਿਬ ਫ੍ਰੀਮੌਂਟ ਦੇ ਵਿੱਚ ਦੀਵਾਨ ਹਾਲ ਦੇ ਅੰਦਰ ਦਾ ਰੰਗ। ਗੁਰਦੁਆਰਾ ਸਾਹਿਬ ਫ੍ਰੀਮੌਂਟ ਤੋਂ ਪਿਛਲੇ ਇੱਕ ਹਫ਼ਤੇ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੋ ਰਹੇ ਆ। ਰੋਜ਼ ਸਿਮਰਨ ਹੁੰਦੇ ਆ, ਅੱਜ ਸਨ ਫਰਾਂਸਿਸਕੋ ਨਗਰ ਕੀਰਤਨ ਵੀ ਆ, ਅਤੇ ਇੱਥੇ ਵੀ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਪ੍ਰਦਰਸ਼ਨੀ ਲਾਈ ਆ, ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਆ, ਅਤੇ ਇਸ ਕਰਕੇ ਗੁਰਦੁਆਰਾ ਸਾਹਿਬ ਫ੍ਰੀਮੌਂਟ ਜਿਹੜਾ ਆ ਉਹ ਆਲਵੇਜ਼ ਇੱਦਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਕਰਦਾ ਆ, ਅਤੇ ਅਸੀਂ ਸਾਰੀ ਸੰਗਤ ਨੂੰ ਆਸ ਕਰਦੇ ਹਾਂ ਵੀ ਵੱਧ ਤੋਂ ਵੱਧ ਉਹ ਇਹ 'ਚ ਸਹਿਯੋਗ ਦਿੰਦੀ ਆ। ਅਤੇ ਇਹਨਾਂ ਸ਼ਬਦਾਂ ਨਾਲ ਦਾਸ ਖਿਮਾ ਦਾ ਜਾਚ ਕਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਅੱਜ ਪਹੁੰਚੇ ਹਾਂ ਸੈਂਟਾ ਕਲਾਰਾ ਦੇ ਕਨਵੈਨਸ਼ਨ ਸੈਂਟਰ ਦੇ ਵਿੱਚ, ਜਿੱਥੇ ਇੱਕ ਬਹੁਤ ਵੱਡੀ ਐਗਜੀਬਿਸ਼ਨ ਲੱਗੀ ਹੋਈ ਹੈ, ਇੰਡੋ ਅਮੈਰੀਕਨ ਹੈਲਥ ਵੈਲਨੈਸ ਐਗਜੀਬਿਸ਼ਨ। ਔਰ ਇਸ ਐਗਜੀਬਿਸ਼ਨ ਦੇ ਵਿੱਚ ਪੂਰੀ ਦੁਨੀਆ ਤੋਂ ਡਾਕਟਰਸ, ਪੂਰੀ ਦੁਨੀਆ ਤੋਂ ਹੈਲਥ ਨਾਲ ਸੰਬੰਧਿਤ ਲੋਕ ਆਏ ਹੋਏ ਨੇ, ਔਰ ਹਰ ਕਮਿਊਨਿਟੀ ਦੇ ਲੋਕ ਇੱਥੇ ਆਏ ਹੋਏ ਨੇ। ਅਗਰ ਅਸੀਂ ਪੰਜਾਬ ਦੀ ਗੱਲ ਕਰੀਏ, ਸਾਡੇ ਪੰਜਾਬ ਤੋਂ ਇੱਕ ਬੜੇ ਵਧੀਆ ਡਾਕਟਰ ਜਿਨ੍ਹਾਂ ਨੂੰ ਤੁਸੀਂ ਅਕਸਰ ਜਸ ਪੰਜਾਬੀ 'ਤੇ ਦੇਖਦੇ ਹੋ, ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀਆਂ ਲਾਈਵ ਕਾਲਾਂ ਦੇ ਵਿੱਚ ਉਸ ਆਪਣੇ
ਸਵਾਲ ਵੀ ਪੁੱਛਦੇ ਹੋ ਉਹ ਅੱਜ ਇਸ ਕਨਵੈਨਸ਼ਨ ਦੇ ਵਿੱਚ ਸਪੈਸ਼ਲੀ ਇੰਡੀਆ ਤੋਂ ਪੰਜਾਬ ਤੋਂ ਕਹਿ ਲਈਏ ਆਏ ਹੋਏ ਨੇ ਸੋ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗਿਆ ਜਾਣਦੇ ਹਾਂ ਇਸ ਕਨਵੈਨਸ਼ਨ ਬਾਰੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਪੁੱਛਦੇ ਹਾਂ ਸਿਹਤ ਬਾਰੇ ਕੁਝ ਹੋਰ ਸਵਾਲ ਜੀ ਡਾਕਟਰ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਤਾਂ ਅਮਰੀਕਾ ਦੇ ਵਿੱਚ ਬਹੁਤ ਬਹੁਤ ਸਵਾਗਤ ਜਸ ਪੰਜਾਬੀ ਤੇ ਸਵਾਗਤ ਅਤੇ ਨਾਲ ਦੀ ਨਾਲ ਇਸ ਕਨਵੈਨਸ਼ਨ ਦੇ ਵਿੱਚ ਤੁਸੀਂ ਆਇਓ ਐਗਜੀਬਿਸ਼ਨ ਜਿਹੜੀ ਲੱਗੀ ਹੈ ਅਤੇ ਪਹਿਲਾਂ ਤਾਂ ਤੁਸੀਂ ਗੱਲ ਕਰੋ ਸਾਡੇ ਦਰਸ਼ਕਾਂ ਦੇ ਨਾਲ ਇਸ ਜਿਹੜੀ ਐਗਜੀਬਿਸ਼ਨ ਹੈ ਇੰਡੋ ਅਮੈਰੀਕਨ ਹੈਲਥ ਵੈਲਨੈਸ ਦੀ ਗੱਲ ਕਰਦੇ ਨੇ ਇਹਦੇ 'ਚ ਕੀ ਹੈ ਕੀ ਚੱਲ ਰਿਹਾ ਅਤੇ ਕਦੋਂ ਤੱਕ ਹੈਗੀ ਹੈ ਠੀਕ ਹੈ ਦੇਖੋ ਜੀ ਜਿਹੜੀ ਇੰਡੋ ਅਮੈਰੀਕਨ ਜਿਹੜੀ ਕਨਵੈਨਸ਼ਨ ਹੈ ਬੇਸਿਕਲੀ ਇੱਕ ਬੜਾ ਵਧੀਆ ਕਦਮ ਹੈ ਜਿਹੜਾ ਕਿ ਇੱਥੇ ਡਾਕਟਰ ਜਾਬਰਾ ਨੇ ਚੁੱਕਿਆ ਹੋਇਆ ਜਿਹਦੇ 'ਚ ਇਹਨਾਂ ਨੇ ਦੁਨੀਆ ਭਰ ਤੋਂ ਜਿਹੜੇ ਆਯੁਰਵੈਦਿਕ ਕੰਪਨੀਜ਼ ਨੇ ਫਿਰ ਜਿਹੜੀਆਂ ਨੈਚੁਰੋਪੈਥਿਕ ਕੰਪਨੀਜ਼ ਨੇ ਉਹਨਾਂ ਨੂੰ ਇੱਥੇ ਇੱਕ ਛੱਤ ਦੇ ਅੰਦਰ ਇਕੱਠਾ ਕੀਤਾ ਅੱਜ ਦੇ ਸਮੇਂ 'ਚ ਅਗਰ ਆਪਾਂ ਗੱਲ ਕਰੀਏ ਖਾਸ ਤੌਰ 'ਤੇ ਇੱਥੇ ਆਪਣੇ US ਦੇ ਅੰਦਰ ਜਿਹੜੀਆਂ ਬਿਮਾਰੀਆਂ ਨੇ ਲਾਈਫ ਸਟਾਈਲ ਡਿਸਆਰਡਰਸ ਬਹੁਤ ਵੱਧ ਰਹੀਆਂ ਨੇ ਡਿਪਰੈਸ਼ਨ ਹੋ ਗਿਆ ਡਾਇਬਟੀਜ਼ ਹੋ ਗਈ ਐਸੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਵੱਧਦੀਆਂ ਪਈਆਂ ਨੇ ਇਹ ਇੱਕ ਉਪਰਾਲਾ ਹੈ ਕਿ ਲੋਕਾਂ ਨੂੰ ਬੈਸਟ ਤੋਂ ਬੈਸਟ ਜਿਹੜੇ ਆਯੁਰਵੈਦਿਕ ਲੋਕ ਨੇ ਆਯੁਰਵੈਦਿਕ ਚਿਕਿਤਸਕ ਨੇ ਯੋਗਾ ਵਾਲੇ ਨੇ ਉਹ ਸਾਰੇ ਸਾਰੀ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਆਪਣੀ ਗਾਈਡਲਾਈਨਸ ਦੇ ਸਕਣ ਜੀ ਇੱਥੇ ਜਿਵੇਂ ਵੈਸਟ ਕੋਸਟ ਦੀ ਅਸੀਂ ਗੱਲ ਕਰੀਏ ਜਾਂ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਇੱਥੇ ਸੈਂਟਾ ਕਲਾਰਾ ਦੇ ਵਿੱਚ 7, 8 ਅਤੇ 9 ਜੂਨ ਨੂੰ ਇਹ ਐਗਜੀਬਿਸ਼ਨ ਹੋਈ ਆ ਇਹਦੇ ਵਿੱਚ ਵੀ ਮੇਰੇ ਖਿਆਲ ਬਹੁਤ ਸਾਰੇ ਆਮ ਲੋਕਾਂ ਨੇ ਵੀ ਹਿੱਸਾ ਲਿਆ ਔਰ ਬਹੁਤ ਸਾਰੀ ਜਾਣਕਾਰੀ ਹਾਸਿਲ ਕੀਤੀ ਹੈ ਤੁਸੀਂ ਕੀ ਸਮਝਦੇ ਜਦੋਂ ਇਹੋ ਜਿਹੀ ਐਗਜੀਬਿਸ਼ਨ ਲੱਗਦੀ ਹੈ ਅਤੇ ਜਿੱਥੇ ਸਾਰੇ ਇਕੱਠੇ ਹੁੰਦੇ ਨੇ ਹੈਲਥ ਨਾਲ ਸੰਬੰਧਿਤ ਲੋਕ ਉੱਥੇ ਆਮ ਲੋਕਾਂ ਨੂੰ ਵੀ ਇਹਦਾ ਫਾਇਦਾ ਹੁੰਦਾ ਹੈ ਬਿਲਕੁਲ ਜੀ ਇੱਥੇ ਬੜੀ ਵੱਡੀ ਸੰਖਿਆ ਦੇ ਅੰਦਰ ਜਿਹੜੇ ਲੋਕ ਨੇ ਆਪਣੇ ਆਏ ਪਹੁੰਚੇ ਨੇ ਆਪਾਂ ਵੀ ਜੇ ਆਪਣੀ ਗੱਲ ਕਰੀਏ ਇਹ ਲੋਕਾਂ ਦਾ ਪਿਆਰ ਹੀ ਸੀ ਜਿਹੜਾ ਖਿੱਚ ਕੇ ਲਿਆਇਆ ਵਾ ਮੈਂ ਰੂਟੀਨ 'ਚ ਜਸ ਪੰਜਾਬੀ ਦੇ ਉੱਪਰ ਜਦੋਂ ਇੰਟਰੈਕਟ ਕਰਦਾ ਵਾਂ ਆਪਣੇ ਪ੍ਰੋਗਰਾਮਸ ਦੇ ਥਰੂ ਕਾਫੀ ਲੋਕਾਂ ਦੀ ਡਿਮਾਂਡ ਸੀ ਕਿ ਜ਼ਰੂਰ ਹੀ ਮੈਂ ਇੱਕ ਵਾਰੀ ਇੱਥੇ ਆਵਾਂ ਕੈਲੀਫੋਰਨੀਆ ਏਰੀਆ ਦੇ ਅੰਦਰ ਇਸੇ ਕਰਕੇ ਮੈਂ ਅਲਟੀਮੇਟਲੀ ਸੋਚਿਆ ਇੱਥੇ ਆ ਕੇ ਸਭ ਤੋਂ ਪਹਿਲੇ ਆਪਾਂ ਗੁਰਦੁਆਰਾ ਸਾਹਿਬ ਤੋਂ ਆਪਣਾ ਸਟਾਰਟ ਕੀਤਾ ਸਾਰਾ ਕੁਝ ਅਤੇ ਉਸ ਤੋਂ ਬਾਅਦ ਆਪਾਂ ਇਸ ਕਨਵੈਨਸ਼ਨ 'ਚ ਹਿੱਸਾ ਲਿੱਤਾ ਕਾਫੀ ਅੱਛੀ ਸੰਖਿਆ ਦੇ ਅੰਦਰ ਜਿਹੜੇ ਲੋਕ ਸਾਡੇ ਕੋਲ ਆਏ ਉਹਨਾਂ ਨੇ ਨਾੜੀ ਪ੍ਰੀਖਣ ਕਰਾਇਆ ਬਿਮਾਰੀਆਂ ਜੇ ਮੈਂ ਦੇਖਾਂ ਮੇਨ ਇੱਥੇ ਮੇਰੇ ਕੋਲ ਡਾਇਬਟੀਜ਼ ਦੇ ਪੇਸ਼ੈਂਟ ਜ਼ਿਆਦਾ ਆਏ ਜੋੜਾਂ ਦੀ ਦਰਦਾਂ ਵਾਲੇ ਮਰੀਜ਼ ਬੜੇ ਆਏ ਡਿਪਰੈਸ਼ਨ ਮੈਂ ਦੇਖਿਆ ਇੱਥੇ ਬਹੁਤ ਸਾਰੇ ਲੋਕਾਂ ਨੂੰ ਹੈ ਆਪਾਂ ਆਪਣਾ ਕੋਸ਼ਿਸ਼ ਕੀਤੀ ਇੱਥੇ ਕਿ ਵੱਧ ਤੋਂ ਵੱਧ ਜਿੰਨਾ ਉਹਨਾਂ ਦਾ ਆਪਾਂ ਫਾਇਦਾ ਕਰ ਸਕੀਏ ਉਹ ਕਰੀਏ ਔਰ ਅੱਗੇ ਵੀ ਆਪਾਂ ਆਉਂਦੇ ਰਹਾਂਗੇ ਇੱਥੇ ਆਪਾਂ ਹੇਵਰਡ ਦੇ ਅੰਦਰ ਆਪਣੀਆਂ ਦਵਾਈਆਂ ਵਗੈਰਾ ਵੀ ਸਾਰੀਆਂ ਅਵੇਲੇਬਲ ਕਰਵਾਈਆਂ ਨੇ ਇਸੇ ਕਰਕੇ ਕਿਉਂਕਿ ਲੋਕ ਚਾਹੁੰਦੇ ਸੀ ਕਿ ਦਵਾਈ ਲੈਣੀ ਬੜੀ ਔਖੀ ਹੈ ਅਤੇ ਇਸ ਕਰਕੇ ਆਪਾਂ ਇਹ ਚੀਜ਼ ਸਾਰੀ ਕੀਤੀ ਹੈ ਅਤੇ ਹੇਵਰਡ ਦੀ ਅਗਰ ਗੱਲ ਕਰੀਏ ਤਾਂ ਹੇਵਰਡ ਦੇ ਵਿੱਚ ਤੁਸੀਂ ਕੋਈ ਐਡਰੈਸ ਜਾਂ ਫੋਨ ਨੰਬਰ ਮੈਨਸ਼ਨ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਲਈ ਬਿਲਕੁਲ ਜੀ ਹੇਵਰਡ 'ਚ ਸਾਡਾ ਜਿਹੜਾ ਐਡਰੈਸ ਹੈ ਡੂਨ ਸਰਕਲ ਦੇ ਅੰਦਰ ਹੈ ਔਰ ਅਮੋਲ ਜੀ ਨੇ ਜਿਹੜੇ ਸਾਡੇ ਇੱਥੋਂ ਦੇ ਡਿਸਟ੍ਰੀਬਿਊਟਰ ਨੇ ਹੇਵਰਡ ਦੇ ਵਾਸਤੇ ਜੀ ਡਾਕਟਰ ਸਾਹਿਬ ਇੱਕ ਪੰਜਾਬ ਦੇ ਵਿੱਚ ਵੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਤੁਹਾਡਾ ਕਲੀਨਿਕ ਹੈਗਾ ਅਤੇ ਆਪਣਾ ਮੋਹਾਲੀ ਦੇ ਵਿੱਚ ਵੀ ਤੁਹਾਡਾ ਕਲੀਨਿਕ ਹੈਗਾ ਮੇਰੇ ਖਿਆਲ ਹੋਰ ਵੀ ਬਹੁਤ ਸਾਰੇ ਹੈਗੇ ਨੇ ਭਾਰਤ ਦੇ ਵਿੱਚ ਬਿਲਕੁਲ ਟੋਟਲ 32 ਸੈਂਟਰ ਨੇ ਸਾਡੇ ਪੂਰੇ ਦੁਨੀਆ ਭਰ 'ਚ ਅਗਰ ਆਪਾਂ ਗੱਲ ਕਰਦੇ ਦੇਖੋ ਆਪਾਂ ਆਪਣਾ ਕੰਮ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਅੰਮ੍ਰਿਤਸਰ ਤੋਂ ਇਲਾਵਾ ਚੰਡੀਗੜ੍ਹ ਦੈਨ ਦਿੱਲੀ ਬੈਂਗਲੋਰ ਪੁਣੇ ਬੋਂਬੇ ਕਾਫੀ ਜਗ੍ਹਾਵਾਂ ਦੇ ਉੱਪਰ ਸਾਡੇ ਸੈਂਟਰਸ ਨੇ ਔਰ ਇੱਥੇ ਅਗਰ US ਦੀ ਗੱਲ ਕਰੀਏ ਆਪਾਂ ਤਾਂ ਸਿਆਟਲ ਐਰੀਜ਼ੋਨਾ ਕੈਲੀਫੋਰਨੀਆ ਮਿਸ਼ੀਗੈਨ ਨਿਊਯਾਰਕ ਨਿਊਯਾਰਕ 'ਚ ਲੌਂਗ ਆਈਲੈਂਡਸ ਵੀ ਸਾਡਾ ਵੱਖਰਾ ਇੱਕ ਪੰਚਕਰਮਾ ਸੈਂਟਰ ਵੀ ਹੈ ਕਾਫੀ ਸੈਂਟਰਸ ਨੇ ਸਾਡੇ ਇੱਥੇ ਜੀ ਅੱਛਾ ਅਸੀਂ ਗੱਲ ਕਰੀਏ ਪੰਜਾਬੀਆਂ ਦੀ ਖਾਸ ਤੌਰ 'ਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਤੁਹਾਨੂੰ ਪਤਾ ਤੁਸੀਂ ਵਰਤਦੇ ਰਹਿੰਦੇ ਹੋ ਅਤੇ ਕਿਹੜੀਆਂ ਜ਼ਿਆਦਾ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਪੰਜਾਬੀਆਂ 'ਚ ਕੀ ਸਮੱਸਿਆਵਾਂ ਆਉਂਦੀਆਂ ਨੇ ਸਿਹਤ ਪੱਖੋਂ ਅਤੇ ਉਹਨਾਂ ਦਾ ਕੀ ਹੱਲ ਤੁਸੀਂ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਦੇਖੋ ਜਿਹੜੀ ਸਭ ਤੋਂ ਕਾਮਨ ਚੀਜ਼ ਮੈਂ ਦੇਖੀ ਇੱਥੇ ਪੰਜਾਬੀ ਜਿਹੜੇ ਮੇਰੇ ਕੋਲ ਸਭ ਤੋਂ ਵੱਧ ਆਉਂਦੇ ਨੇ ਆਪਣੇ ਪੇਸ਼ੈਂਟ ਇੱਕ ਤਾਂ ਉਹਨਾਂ ਨੂੰ ਪੇਟ ਦੇ ਰੋਗਾਂ ਨਾਲ ਬਹੁਤ ਪਰੇਸ਼ਾਨੀ ਹੈ ਕੌਨਸਟੀਪੇਸ਼ਨ ਹੋ ਗਈ ਐਸੀਡਿਟੀ ਹੋ ਗਈ ਇਹ ਕਾਫੀ ਕਾਮਨ ਹੈ ਇੱਥੋਂ ਦੇ ਪੰਜਾਬ ਦੇ ਪੇਸ਼ੈਂਟਸ ਦੇ ਅੰਦਰ ਸਾਡੇ ਔਰ ਡਾਇਬਟੀਜ਼ ਬਹੁਤ ਕਾਮਨ ਹੈ ਸ਼ੂਗਰ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜੇ ਇੱਥੋਂ ਦੇ ਸਾਡੇ ਮਰੀਜ਼ ਨੇ ਅਤੇ ਮੈਂ ਚਾਹਾਂਗਾ ਮੈਂ ਦੇਖਦਾ ਜਦੋਂ ਆਪਾਂ ਪੰਜਾਬ 'ਚ ਹੁੰਦੇ ਹਾਂ ਫਿਜ਼ੀਕਲ ਵਰਕ ਉੱਥੇ ਵੀ ਹੁੰਦਾ ਵਾ ਫਿਜ਼ੀਕਲ ਵਰਕ ਇੱਥੇ ਵੀ ਹੁੰਦਾ ਵਾ ਬਟ ਕਿਤੇ ਨਾ ਕਿਤੇ ਇੱਥੇ ਜਦੋਂ ਆਪਾਂ ਉੱਥੋਂ ਆਉਂਦੇ ਹਾਂ ਖੇਤਾਂ 'ਚ ਕੰਮ ਕਰਨ ਦਾ ਸਾਨੂੰ ਨਹੀਂ ਮਿਲ ਪਾਉਂਦਾ ਇੱਥੇ ਲਾਈਫ ਸਟਾਈਲ ਚੇਂਜ ਹੈ ਜਿੱਥੋਂ ਤੱਕ ਆਪਾਂ ਪ੍ਰਾਣਾਯਾਮ ਕਰ ਸਕੀਏ ਯੋਗਾ ਕਰ ਸਕੀਏ ਸਾਡੇ ਪੰਜਾਬੀਆਂ ਨੂੰ ਅਦਰਵਾਈਜ਼ ਸਿਹਤ ਪੱਖੋਂ ਮਾਲਕ ਨੇ ਬੜੀ ਵਧੀਆ ਸਿਹਤ ਬਖਸ਼ੀ ਹੁੰਦੀ ਹੈ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਾਂ ਇੱਥੇ ਵੀ ਉਸੇ ਤਰੀਕੇ ਦੇ ਨਾਲ ਸਾਰੀ ਚੀਜ਼ ਜਾਰੀ ਰੱਖੀ ਜੀ ਆਪਾਂ ਅਖੀਰ ਦੇ ਵਿੱਚ ਤੁਸੀਂ ਇਹ ਦੱਸੋਗੇ ਜਦੋਂ ਮੈਡੀਸਿਨ ਕਿਸੇ ਨੇ ਮੰਗਵਾਉਣੀ ਹੈ ਕਿਸੇ ਨੇ ਇਧਰੋਂ ਤੁਹਾਡੇ ਕੋਲ ਸ਼ਿਪ ਕਰਾਉਣੀ ਜਾਂ ਕੀ ਕਰਨੀ ਉਹਦਾ ਕੀ ਪ੍ਰੋਸੀਜਰ ਹੈਗਾ ਅਤੇ ਕੀ ਫੋਨ ਨੰਬਰ ਐਡਰੈਸ ਹੈ ਦੇਖੋ ਜੀ ਸਾਡਾ ਹੈਲਪਲਾਈਨ ਨੰਬਰ ਹੈ ਜਿਹੜਾ ਪੂਰੇ US ਦੇ ਵਾਸਤੇ ਹੈ ਉਹ ਵੀਅਰਸ ਨੂੰ ਆਪਾਂ ਦਿਖਾਵਾਂਗੇ ਵੀ ਸਾਰੇ ਪ੍ਰਿੰਟਡ ਨੇ ਇੱਥੇ 24
ਘਰ ਪਹੁੰਚ ਜਾਂਦੀ ਹੈ ਜੀ ਡਾਕਟਰ ਸਾਹਿਬ ਬੜੀ ਮਿਹਰਬਾਨੀ ਔਰ ਇਸ ਤੋਂ ਬਾਅਦ ਤੁਹਾਡੀ ਜਿਹੜੀ ਇਹ ਐਗਜੀਬਿਸ਼ਨ ਨਿਊਯਾਰਕ ਦੇ ਵਿੱਚ ਵੀ ਹੈਗੀ ਉਹਦੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਨਿਊਯਾਰਕ ਦੇ ਅੰਦਰ ਆਪਾਂ 12 ਤਰੀਕ ਤੋਂ ਲੈ ਕੇ ਅਤੇ 17 ਤਰੀਕ ਤੱਕ ਅਵੇਲੇਬਲ ਹਾਂ ਜਿਹਦੇ 'ਚ 15 16 ਅਤੇ 17 ਤਰੀਕ ਜਿਹੜੀ ਹੈ ਮੇਨ ਉਹਦੇ 'ਚ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੇ ਮੈਨੂੰ ਮਿਲਣਾ ਵਾ ਨਾੜੀ ਪ੍ਰੀਖਸ਼ਣ ਵਗੈਰਾ ਕਰਵਾਉਣਾ ਵਾ ਆਪਣੀ ਕੋਸ਼ਿਸ਼ ਰਹੇਗੀ ਕਿ ਉੱਥੇ ਵੀ ਆਪਾਂ ਵੱਧ ਤੋਂ ਵੱਧ ਮਰੀਜ਼ਾਂ ਦਾ ਇਸ 'ਤੇ ਜਿਹੜਾ ਵਾ ਫਾਇਦਾ ਪਹੁੰਚਾ ਸਕੇ ਉੱਥੇ ਕਿਵੇਂ ਸੰਪਰਕ ਕਰਨ ਜਿਨ੍ਹਾਂ ਨੇ ਪੇਸ਼ੈਂਟ ਤੁਹਾਨੂੰ ਮਿਲਣਾ ਕੋਈ ਕਿੱਥੇ ਹੋ ਰਹੀ ਹੈ ਐਗਜੀਬਿਸ਼ਨ ਜਾਂ ਉਹਦੇ ਬਾਰੇ ਦੱਸੋ ਸਰ ਸਾਡੀ ਜਿਹੜੀ ਉੱਥੇ ਐਗਜੀਬਿਸ਼ਨ ਹੋ ਰਹੀ ਹੈ ਡਾਕਟਰ ਰਾਜੀਵ ਨੇ ਉਹਨਾਂ ਦੇ ਨੰਬਰ ਰੂਟੀਨ 'ਚ ਟੀਵੀ ਸਕਰੀਨ ਦੇ ਉੱਪਰ ਆਪਾਂ ਜਸ ਅੰਦਰ ਸ਼ੋਅ ਕਰਦੇ ਹਾਂ ਉਹ ਮੇਨ ਕੰਟੈਕਟ ਪਰਸਨ ਨੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਅਤੇ ਕੁਨੈਕਟ ਕਰ ਸਕਦੇ ਹੋ 16 ਤਰੀਕ ਨੂੰ ਵੀ ਉੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਲੌਂਗ ਆਈਲੈਂਡ ਅਤੇ ਹਿਕਸਵੇਲੇ 'ਚ ਕਾਫੀ ਵੱਡਾ ਕੈਂਪ ਲਗਾਉਣ ਜਾ ਰਹੇ ਹਾਂ ਮੇਰੀ ਟੌਕ ਵੀ ਹੈ ਅਤੇ ਤੁਸੀਂ ਵੱਧ ਤੋਂ ਵੱਧ ਸੰਖਿਆ 'ਚ ਆ ਕੇ ਪੂਰਾ ਫਾਇਦਾ ਉਠਾ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਮਿਹਰਬਾਨੀ ਜੀ ਬਹੁਤ ਥੈਂਕ ਯੂ ਤੁਹਾਡਾ ਇੰਨੀਆਂ ਵਧੀਆ ਗੱਲਾਂ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਦੱਸਣ ਵਾਸਤੇ ਅਤੇ ਅਮਰੀਕਾ ਆਉਣ ਵਾਸਤੇ ਸਾਡੇ ਜਿੰਨੇ ਪੰਜਾਬੀ ਨੇ ਉਹਨਾਂ ਨੂੰ ਇਹਦਾ ਮੇਰੇ ਖਿਆਲ ਬਹੁਤ ਫਾਇਦਾ ਹੋਏਗਾ ਤੁਹਾਡੇ ਇੱਥੇ ਆਉਣ ਦਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ All right, let's tell us about your handicare neurogram. Thanks a lot, sir. First of all, though, I would like to share my experience yesterday in the evening. It was a real mahal that we went to. Very nice place. Never expected such a place. A lot of hard work done over there. It was once in a lifetime experience when we went over there yesterday. I feel that all those who went with me for the first time over there, they have the same views for it. And when talking about handicare, anything in Ayurveda, we try to have it with us. Be it Panchkarma, be it Nadi Parikshan, be it Ayurvedic products, Ayurvedic courses, everything we try. And we are more into critical care in Ayurveda. Generally, people of kidney failure, cancer, HIV, hepatitis, they are the ones who turn to allopathy for treatments. We, when I started my career 21 years back, took a challenge to start treatments in such cases. And today, by the grace of Almighty, we are having name in critical care in Ayurveda. That is what in which we expertise, and that is what we try to give to our patient. Thank you. Thanks from NTK and Nirogun Private Limited. ਦੋਸਤੋ ਜਸ ਕੈਮਰੇ ਦੀ ਨਜ਼ਰ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ ਹਮੇਸ਼ਾ ਸਾਡੇ ਦਿਲ ਦੇ ਦਰਵਾਜ਼ੇ ਜਿਹੜੇ ਨੇ ਉਹ ਤੁਹਾਡੇ ਵਾਸਤੇ ਖੁੱਲ੍ਹੇ ਨੇ ਭਾਰਤੀ ਸਮਾਜ ਬਾਰੇ ਪੰਜਾਬੀ ਸਮਾਜ ਬਾਰੇ ਪੰਜਾਬੀ ਹਰ ਤਰ੍ਹਾਂ ਦੀ ਕਿਸੇ ਵੀ ਐਕਟੀਵਿਟੀ ਬਾਰੇ ਜਦੋਂ ਵੀ ਤੁਸੀਂ ਚਾਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਐਕਟੀਵਿਟੀ ਨੂੰ ਪ੍ਰਵੇਸ਼ ਕਰਾਉਣ ਵਾਸਤੇ ਸੰਪਰਕ ਸਾਧ ਸਕਦੇ ਹੋ ਈਮੇਲ ਕਰ ਸਕਦੇ ਹੋ riyad@justbroadcasting.com ਔਰ info@justbroadcasting.com ਅਗਲੇ ਹਫ਼ਤੇ ਨਵੇਂ ਰੰਗਾਂ ਦਾ ਗੁਲਦਸਤਾ ਭਾਵ ਕਿ ਨਵੇਂ ਪ੍ਰੋਗਰਾਮਾਂ ਦਾ ਗੁਲਦਸਤਾ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਰੱਬ ਰੱਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ